लेटेस्ट वीडियो और अपडेट्स लई साडे चैनल नू कर लो सबसक्राइब। इस दे नाल दा बैल आइकन दा बटन भी दबा देवो ताकि तुहानू अपडेट मिलदे रहन। संगरूर में आज शिवसेना हिंदुस्तान के राष्ट्रीय प्रमुख पवन गुप्ता राष्ट्रवाद में अपनी पार्टी के वर्करों के साथ एक मीटिंग के लिए पहुंचे। यहां उन्होंने मीडिया से बातचीत करते हुए कहा कि वैष्णो देवी मंदिर में नवजोत सिंह सिद्धू का विरोध इसलिए किया गया था क्योंकि जब वह पाकिस्तानी प्रधानमंत्री के बुलावे पर पाकिस्तान गए थे वहाँ के आर्मी चीफ को उन्होंने गले लगाया था और ऐसे व्यक्ति को वैष्णो देवी मंदिर में VIP ट्रीटमेंट नहीं मिलना चाहिए, इसलिए हमने वहाँ पर विरोध किया। पवन गुप्ता ने केंद्र सरकार की ओर से पंजाब के पूर्व CM बेअंत सिंह के कत्ल मामले में फांसी की सजा काट रहे राजू आना की फांसी उम्र कैद में बदलने पर बोलते हुए कहा कि यह सरकार ने अच्छा नहीं किया। जब पाकिस्तान ड्रोन के जरिए पंजाब का माहौल खराब करने के लिए हथियार भेज रहा है, खालिस्तानी आतंकवादियों को समर्थन कर रहा है, ऐसे में इन आतंकवादी गतिविधियों में शामिल होने पर दया करना सही नहीं है। जिन लोगों के चुने हुए नेता ने आतंकवाद के खिलाफ लड़ाई लड़ी, अगर उसी की मौत के कातिल को आप सजा माफ करोगे तो आगे क्या मैसेज आएगा, इसलिए हम उसका कड़ा विरोध करते हैं। हम तो चाहते हैं भाजपा के लोग भी हमारा साथ दें, क्योंकि आतंकवाद के दौर में जो भाजपा के लोग भी मारे गए थे तो क्या उनको अच्छा लगेगा। देखो राजवाणा नु जिहड़े बब्बर खालसा दे अत्तवादी ने जिहड़े बेअंत सिंह दे कातल ने साबका मुख्यमंत्री दे उन्हां दी फांसी दी सजा नु उम्र कैद च जिहड़ा बदलिया गया ਉਹ ਅਸੀਂ ਉਹਦੀ ਕੜੀ ਨਿੰਦਾ ਕਰਦੇ ਹਾਂ ਕਿਉਂਕਿ ਅਸੀਂ ਐਸਾ ਮੰਨਦੇ ਹਾਂ ਕਿ ਜਦੋਂ ਪੰਜਾਬ ਦੇ ਵਿੱਚ ਇਹੋ ਜਿਹੇ ਹਾਲਾਤ ਬਣੇ ਹੋਏ ਜਦੋਂ ਪਾਕਿਸਤਾਨ ਦੀ ਸਰਕਾਰ ISI ਦੀ ਮਦਦ ਦੇ ਨਾਲ ਇੱਥੇ ਦੇ ਖਾਲਿਸਤਾਨੀ ਅੱਤਵਾਦੀਆਂ ਦੇ ਸਾਰੇ ਨਾਲ ਪੰਜਾਬ ਦੇ ਮੌਲ ਨੂੰ ਖਰਾਬ ਕਰਨਾ ਚਾਹੁੰਦੀ ਹੈ, ਡਰੋਨ ਨਾਲ ਹਥਿਆਰਾਂ ਦੀ ਸਪਲਾਈ ਹੋ ਰਹੀ ਹੈ, ਕੇਵਲ ਆਤੰਕਵਾਦੀ ਨਹੀਂ ਬਲਕਿ ਜਿਹੜੇ ਗੈਂਗਸਟਰ ਹੈ ਬਦਮਾਸ਼ ਹੈ ਉਹਨਾਂ ਦੇ ਹੱਥਾਂ ਦੇ ਵਿੱਚ ਵੀ ਅਸਾਲਟਾਂ ਦੇ ਦਿੱਤੀਆਂ ਗਈਆਂ। ਅਜਿਹੀ ਹਾਲਤ 'ਚ ਜਦੋਂ ਦੇਸ਼ ਦਾ ਪ੍ਰਾਈਮ ਮਿਨਿਸਟਰ ਅਮਰੀਕਾ ਜਾ ਕਰਕੇ ਫੋਰਨ ਕੰਟਰੀ ਜਾ ਕੇ UNO 'ਚੋਂ ਜਾ ਕੇ ਇਹ ਕਹਿ ਰਿਹਾ ਕਿ ਅੱਤਵਾਦ ਦੇ ਖਿਲਾਫ ਜ਼ੀਰੋ ਟੋਲਰੈਂਸ ਦੀ ਪਾਲਿਸੀ ਹੈ ਸਰਕਾਰ ਦੀ ਔਰ ਪੂਰਾ ਵਿਸ਼ਵ ਅੱਤਵਾਦ ਦੇ ਖਿਲਾਫ ਇੱਕ ਮੰਚ ਤੇ ਆਏ ਤਾਂ ਅਜਿਹੇ ਕਿਹੜੇ ਕਾਰਨ ਸੀਗੇ ਕਿ ਪੰਜਾਬ ਦੇ ਵਿੱਚ ਅੱਤਵਾਦੀਆਂ ਨੂੰ ਅਸੀਂ ਹੱਲਾਸ਼ੇਰੀ ਦਈਏ, ਉਹਨਾਂ ਦੀ ਮੌਤ ਦੀ ਸਜ਼ਾ ਫਾਂਸੀ ਦੀ ਸਜ਼ਾ ਜਿਹੜੀ ਹੈ ਉਮਰ ਕੈਦ 'ਚ ਬਦਲ ਦਿੱਤਾ ਗਿਆ। ਇਹ ਸਾਬਿਤ ਕਰ ਰਿਹਾ ਕਿ ਕੋਈ ਵੀ ਚੁਣਿਆ ਹੋਇਆ ਪ੍ਰਤੀਨਿਧੀ ਮੁੱਖ ਮੰਤਰੀ ਜਾਂ ਸਰਕਾਰ ਦਾ ਮੰਤਰੀ ਜਾਂ ਉਹ ਅਧਿਕਾਰੀ ਜਿਹੜਾ ਅੱਤਵਾਦ ਦੇ ਖਿਲਾਫ ਲੜੇ, ਅਗਰ ਉਹਦੀ ਹੱਤਿਆ ਕਰ ਦਿੰਦਾ ਕੋਈ ਅੱਤਵਾਦੀ ਤਾਂ ਆਖਿਰ 'ਚ ਅਸੀਂ ਉਹਨੂੰ ਉਮਰ ਕੈਦ 'ਚ ਦੇ ਦਾਂਗੇ। ਇਹ ਸੰਕੇਤ ਗਲਤ ਹੈ। ਅਗਰ ਕਸ਼ਮੀਰ 'ਚ ਅੱਤਵਾਦ ਦੀ ਕਮਰ ਤੋੜਨੀ ਜ਼ਰੂਰੀ ਹੈ ਤਾਂ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਪੰਜਾਬ ਦੇ ਵਿੱਚ ਖਾਲਿਸਤਾਨੀ ਅੱਤਵਾਦੀਆਂ ਦੀ ਕਮਰ ਤੋੜਨੀ। ਔਰ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਨੇ ਜਿਹੜਾ ਇਹ ਫੈਸਲਾ ਕੀਤਾ ਹੈ ਸਰਕਾਰ ਨੇ ਉਹ ਗਲਤ ਹੈ। ਮੈਂ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੀ ਯੂਨਿਟ ਨੂੰ ਪੁੱਛਣਾ ਚਾਹੁੰਦਾ ਕਿ ਪੰਜਾਬ 'ਚ ਅਜਿਹੇ ਬਹੁਤ ਸਾਰੇ BJP ਦੇ ਆਗੂ ਖਾਲਿਸਤਾਨੀ ਅੱਤਵਾਦੀਆਂ ਦੇ ਹੱਥੋਂ ਮਾਰੇ ਗਏ, ਉਹਨਾਂ ਦੀ ਆਤਮਾ ਨੂੰ ਕਿਵੇਂ ਸ਼ਰਧਾਂਜਲੀ ਦੇਣਗੇ, ਕਿਸ ਮੂੰਹ ਨਾਲ ਸ਼ਰਧਾਂਜਲੀ ਦੇਣਗੇ। ਔਰ ਭਾਰਤੀ ਜਨਤਾ ਪਾਰਟੀ ਨੂੰ ਵੀ ਸਾਡੇ ਨਾਲ ਰਲ ਕੇ ਜਿਹੜਾ ਪ੍ਰਧਾਨ ਮੰਤਰੀ ਨੂੰ ਆਪਣੇ ਫੈਸਲੇ ਤੇ ਮੁੜ ਵਿਚਾਰਨ ਦੀ ਅਪੀਲ ਕਰਨੀ ਚਾਹੀਦੀ ਹੈ। ਸ਼ਿਵ ਸੈਨਾ ਹਿੰਦੁਸਤਾਨ ਆਉਣ ਵਾਲੇ ਥੋੜੇ ਦਿਨਾਂ ਦੇ ਵਿੱਚ ਅਸੀਂ ਪੰਜਾਬ ਦੇ ਹਰ ਜ਼ਿਲ੍ਹੇ 'ਚ DC ਦੇ ਮਾਧਿਅਮ ਰਾਹੀਂ ਪ੍ਰਧਾਨ ਮੰਤਰੀ ਔਰ ਗ੍ਰਹਿ ਮੰਤਰੀ ਦੇ ਨਾਂ ਗਿਆਪਨ ਦਾਂਗੇ।